ਸਾਡੀ ਘਟਨਾ ਵਾਪਰੀ ਹੈ। ਕੱਲ੍ਹ ਸਾਡਾ ਇੱਕ ਵਰਕਰ ਸੀਗਾ, ਮਿਸਤਰੀ ਸਾਥੀ, ਜੋ ਕਿ ਪਟਿਆਲੇ ਤੋਂ ਆਉਂਦੇ ਸਮੇਂ ਇੱਕ ਸਾਡੀ ਗੱਡੀ ਸੀ PRTC ਜਿਹੜੀ, ਉਹ ਰਸਤੇ ਵਿੱਚ ਬ੍ਰੇਕ ਡਾਊਨ ਹੋ ਗਈ ਸੀਗੀ। ਉਸਨੂੰ ਟੈਂਟ ਕਰਕੇ ਲੈ ਕੇ ਆ ਰਿਹਾ ਸੀ ਉਹ, ਅਤੇ ਕੱਲ੍ਹ ਗਰਮੀ ਜ਼ਿਆਦਾ ਹੋਣ ਕਾਰਨ ਰਸਤੇ ਵਿੱਚ ਆਉਂਦੇ ਸਮੇਂ ਥੋੜ੍ਹੀ ਉਸਦੀ ਹਾਲਾਤ ਦੀ ਸਿਹਤ ਵਿਗੜ ਗਈ ਸੀਗੀ। ਉਸ ਕਰਕੇ ਉਹ ਸ਼ਾਮ ਨੂੰ ਅਸੀਂ ਬਰਨਾਲਾ ਹੋਸਪਿਟਲ ਦੇ ਵਿੱਚ ਬੱਸ ਸਮੇਤ ਜਾ ਕੇ ਦਾਖਲ ਕਰਵਾਇਆ। ਦਾਖਲ ਕਰਵਾਉਣ ਤੋਂ ਬਾਅਦ 15-20 ਮਿੰਟ ਬਾਅਦ ਹੀ ਡਾਕਟਰ ਸਾਹਿਬ ਸਾਨੂੰ ਉਹਨੂੰ ਮਿੱਤਰ ਘੋਸ਼ਿਤ ਕਰਤਾ ਸੀਗਾ। ਸੋ ਉਹਨਾਂ ਨੂੰ ਘੱਟ ਤੋਂ ਘੱਟ ਵੀ ਹੁਣ 40-42 ਘੰਟੇ ਬੀਤਣ ਦੇ ਬਾਵਜੂਦ ਵੀ ਹਜੇ ਤੱਕ ਸਾਡੀ ਕਿਸੇ ਮੈਨੇਜਮੈਂਟ ਨੇ, ਸਰਕਾਰ ਨੇ ਕੋਈ ਸਾਰ ਨਹੀਂ ਲਿੱਤੀ ਹੈਗੀ। ਅੱਜ ਦਿਨੇ ਸਾਨੂੰ ਮੈਨੇਜਮੈਂਟ ਨੇ PRTC ਹੈੱਡ ਆਫਿਸ ਪਟਿਆਲਾ ਵਿਖੇ ਬੁਲਾਇਆ ਗਿਆ ਸੀਗਾ, ਜਿੱਥੇ ਸਾਡੀ ਮੁੱਖ ਮੰਗ ਸੀਗੀ ਵੀ ਉਹਨਾਂ ਨੂੰ ਜੋ ਮਾਲੀ ਮਦਦ ਹੈਗੀ ਉਹ ਦਿੱਤੀ ਜਾਵੇ, ਨਾਲ ਉਹਨਾਂ ਦੇ ਪਰਿਵਾਰ ਨੂੰ ਜੋ ਨੌਕਰੀ ਦੇ ਸਹਾਇਤਾ ਦਿੱਤੀ ਜਾਵੇ। ਪਰ ਮੈਨੇਜਮੈਂਟ ਨੇ ਸਾਡੀ ਕੋਈ ਵੀ ਸਾਰ ਨਹੀਂ ਲਿੱਤੀ ਹੈਗੀ, ਨਾ ਹੀ ਕਿਸੇ ਮਾਲੀ ਮਦਦ 'ਤੇ ਉਹਨਾਂ ਨੇ ਹਾਮੀ ਭਰੀ ਹੈਗੀ ਕਿ ਨਿਗੂਣੀਆਂ ਤਨਖਾਹਾਂ ਨੇਗੀਆਂ। ਇਸ ਕਰਕੇ ਸਾਡੀ ਬੇਨਤੀ ਹੈ ਤੁਹਾਡੇ ਮੀਡੀਆ ਰਾਹੀਂ ਕਿ ਸਾਡੇ ਸਾਥੀ ਨੂੰ 40-42 ਘੰਟੇ ਬੀਤਣ ਦੇ ਬਾਵਜੂਦ ਉਹਨਾਂ ਜਿਹੜੀ ਡੈੱਡ ਬੋਡੀ ਹੈਗੀ ਉਹ ਬਰਨਾਲਾ ਸਰਕਾਰੀ ਹੋਸਪਿਟਲ ਦੇ ਵਿੱਚ ਪਈ ਹੈਗੀ। ਉਹਨਾਂ ਦਾ ਨਾ ਤਾਂ ਹਜੇ ਤੱਕ ਪੋਸਟਮਾਰਟਮ ਹੋ ਸਕਿਆ ਗਾ। ਤੁਹਾਡੀ ਬੇਨਤੀ ਹੱਥ ਬੰਨ ਕੇ ਵੀ ਜੋ ਉਹਨਾਂ ਦਾ ਬਣਦਾ ਮੁਆਵਜ਼ਾ ਗਾ ਉਹ ਦਿੱਤਾ ਜਾਵੇ, ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਵੇ। ਇਹ ਸਾਡੇ ਭਰਾ ਦੀ ਇੱਕ ਦੀ ਡੈੱਥ ਹੋ ਗਈ, ਮਿਸਤਰੀ ਦੀ, ਮਿਸਤਰੀ ਕੰਮ ਕਰਦਾ ਸੀ, ਔਨ ਡਿਊਟੀ ਸੀ, ਰਾਤ ਉਹਦੀ ਅਚਾਨਕ ਡੈੱਥ ਹੋ ਗਈ। ਉਹ ਡੈੱਡ ਬੋਡੀ ਜਿਹੜੀ ਉਹ ਹਸਪਤਾਲ ਦੇ ਵਿੱਚ ਪਈ ਹਾਲੇ, ਅਤੇ ਸੁਬਹਾ ਦਾ ਅਸੀਂ ਦੇਖ ਰਹੇ ਸੀ, MD ਸਾਹਿਬ ਨਾਲ ਮੀਟਿੰਗ ਸੀਗੀ, ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਵੀ ਤੁਹਾਡਾ ਜਿਹੜਾ ਵੀ ਉਹਦੇ ਪਿੱਛੇ ਪਰਿਵਾਰ ਨੂੰ ਉਹਦਾ ਹੱਕ ਮਿਲ ਸਕੇ। ਉਹ ਮੀਟਿੰਗ ਸਾਡੀ ਬੇਸ਼ਿਕਾ ਰਹੀ ਆ, ਕੁਛ ਵੀ ਨਹੀਂ ਮਿਲਿਆ, ਕਿਉਂਕਿ ਅਸੀਂ ਪਹਿਲਾਂ ਇੱਕ ਲੋਲੀਪੋਪ, ਕੁਛ ਮਹੀਨਾ ਪਿਛਲੇ ਮਹੀਨੇ ਸਾਡੇ ਭਰਾ ਦੀ ਡੈੱਥ ਹੋ ਗਈ ਸੀ, ਹੁਣ ਵੀ ਕੁਛ ਨਹੀਂ ਦਿੱਤਾ, ਅਸੀਂ ਕਹਿ ਕੇ ਵੀ ਕੋਈ ਗੱਲ ਨਹੀਂ, ਤੁਹਾਨੂੰ ਬਾਅਦ 'ਚ ਕਰ ਦਾਂਗੇ। ਅਸੀਂ ਮੰਗ ਕਰਦੇ ਹਾਂ ਸਾਡੇ ਮਹਿਕਮੇ ਤੋਂ, ਸਰਕਾਰ ਤੋਂ, ਵੀ ਸਾਡੇ ਭਰਾ ਨੂੰ ਜਿਹੜਾ ਬਣਦਾ ਉਹਦਾ ਹੱਕ ਦਿੱਤਾ ਜਾਵੇ। ਜੇ ਕੋਈ ਕੱਲ੍ਹ ਤਾਂ ਕਰਨਾ ਕੀਤਾ, ਕੱਲ੍ਹ ਨੂੰ ਡੀਪੂ ਸਾਡਾ ਅੱਜ ਹੀ 5 ਵਜੇ ਤੋਂ ਬਾਅਦ ਬਣਦਾ, ਕੱਲ੍ਹ ਨੂੰ 12 ਵਜੇ ਤੋਂ ਬਾਅਦ ਫਿਰ ਅਸੀਂ ਸਾਰੇ ਡੀਪੂ ਬੰਦ ਕਰਕੇ ਤਿੱਖਾ ਸੰਘਰਸ਼ ਕਰਾਂਗੇ। ਡੈੱਡ ਬੋਡੀ ਰੱਖ ਕੇ ਇੱਥੇ ਗੇਟ 'ਚ ਸਾਰਾ ਡੀਪੂ ਬੰਦ ਕਰਕੇ 12 ਵਜੇ ਤੋਂ ਬਾਅਦ ਸਾਰੇ ਡੀਪੂ। ਮੌਤ ਦਾ ਕਾਰਨ ਜੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਗੱਡੀ ਬਾਹਰ ਟੈਂਡ ਕੀਤੀ ਸੀ ਬੰਦੇ ਨੇ, ਰੋਡ ਬਹੁਤ ਗਰਮ ਨਹੀਂ, ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਜ਼ਿਆਦਾ, ਇਸ ਕਰਕੇ ਬੰਦਾ ਉਹ ਸ਼ਾਮ ਨੂੰ ਡੀਪੂ 'ਚ ਆ ਕੇ ਜ਼ਿਆਦਾ ਵਿਗੜ ਗਈ। ਪਹਿਲਾਂ ਉਹਨੂੰ ਕੁਛ ਬੁਖਾਰ ਸੀ ਅਤੇ ਉਸ ਤੋਂ ਬਾਅਦ ਉਹਦੀ ਡੈੱਥ ਹੋ ਗਈ ਰਾਤ ਨੂੰ ਹਸਪਤਾਲ ਜਾ ਕੇ। ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਜੀ, ਉਹਦੇ ਪਿੱਛੇ ਪਰਿਵਾਰ ਰਹਿ ਗਏ, 2 ਬੇਟੀ ਹੈ, ਇੱਕ ਬੇਟਾ ਉਹਦੇ ਘਰ ਵਾਲੀ ਆ, ਮਾਂ ਵੀ ਬਿਮਾਰ ਆ ਜੀ, ਭਰਾ ਵੀ ਉਹਦਾ ਬਿਮਾਰ ਆ, ਉਹਦੇ ਸਿਰ 'ਤੇ ਪਰਿਵਾਰ ਚੱਲਦਾ ਸੀ ਪੂਰਾ, ਵੀ ਅਸੀਂ ਚਾਹੁੰਦੇ ਹਾਂ ਉਹਦੇ ਪਰਿਵਾਰ ਦੀ ਮਾਲੀ ਸਹਾਇਤਾ ਹੋ ਸਕੇ, ਕਿਉਂਕਿ ਪਹਿਲਾਂ ਵੀ ਅਸੀਂ ਖੁਦ ਇਕੱਠੇ ਕਰਕੇ ਦਿੰਦੇ ਪੈਸੇ ਹਰੇਕ ਮੁਲਾਜ਼ਮ ਨੂੰ। ਕੱਚਾ ਵਰਕਰ ਸੀਗਾ ਜੀ ਉਹ, ਹੁਣੀ ਬਹਾਲ ਹੋਇਆ ਸੀ, ਆਜ਼ਾਦ ਯੂਨੀਅਨ 'ਚ ਸੀਗਾ ਜੀ, ਆਊਟਸੋਰਸਿੰਗ 'ਤੇ ਕੰਮ ਕਰਦਾ ਸੀ। ਨੌਕਰੀ ਦੀ ਮੰਗ ਕਰਦਾ, ਇੱਕ ਉਹਦੇ ਪਰਿਵਾਰ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ, ਬੇਟੇ ਨੂੰ, ਉਹਦੇ ਘਰ ਵਾਲੀ ਨੂੰ, ਕਿਸੇ ਨੂੰ ਵੀ ਜੀ, ਅਤੇ ਉਹਦੀ ਤਨਖਾਹ 'ਚ ਲਾਗੂ ਰੱਖੋ।